ਹੈਲੋ ਮੇਰਾ ਨਾਮ ਡਾਕਟਰ ਤੇਜਪਾਲ ਸਿੰਘ ਹੈ ਮੈਂ ਇੱਕ ਕੰਸਲਟੈਂਟ ਸਾਈਕਾਇਟ੍ਰਿਸਟ ਹਾਂ ਅਤੇ ਗਿਡ ਲੌਜ ਹਸਪੀਟਲ ਪ੍ਰੈਸਟਨ ਵਿੱਚ ਕੰਮ ਕਰਦਾ ਹਾਂ ਤੁਸੀਂ ਹਾਲ ਹੀ ਦੀਆਂ ਖਬਰਾਂ ਵਿੱਚ ਸਵੈਨ ਫਲੂ ਫਾਰੇ ਬਹੁਤ ਕੁਝ ਸੁਣ ਚੁੱਕੇ ਹੋਵੋਗੇ ਅਤੇ ਤੁਹਾਨੂੰ ਇਹ ਚਿੰਤਾ ਹੋ ਰਹੀ ਹੋਵੇਗੀ ਕਿ ਇਸ ਵਾਇਰਸ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾ ਸਕੇ ਚਿੰਤਾ ਨਾ ਕਰੋ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਕਿ ਤੁਸੀਂ ਕਰ ਸਕਦੇ ਹੋ ਅਤੇ ਜਾਣਕਾਰੀ ਅਤੇ ਸਲਾਹ ਲੈਣ ਲਈ ਬਹੁਤ ਸਾਰੇ ਤਰੀਕੇ ਹਨ ਹੱਥਾਂ ਦੀ ਸਾਫ਼ ਸਫਾਈ ਸਵੈਨ ਫਲੂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਿਯਮਿਤ ਅਤੇ ਚੰਗੀ ਤਰ੍ਹਾਂ ਹੱਥ ਧੋਣਾ ਬਹੁਤ ਹੀ ਜ਼ਰੂਰੀ ਹੈ। ਇਹ ਵੀ ਜ਼ਰੂਰੀ ਹੈ ਕਿ ਤੁਸੀਂ ਖੰਘਣ ਅਤੇ ਨਿਛਣ ਵੇਲੇ ਆਪਣਾ ਨੱਕ ਅਤੇ ਮੂੰਹ ਕੱਜ ਕੇ ਰੱਖੋ ਅਤੇ ਦੂਜੀਆਂ ਲੋਕਾਂ ਕੋਲੋਂ ਜੋ ਕਿ ਸ਼ਾਇਦ ਤੁਹਾਡੇ ਨੇੜੇ ਹੋਣ ਉਹਨਾਂ ਤੋਂ ਦੂਰ ਹੋ ਜਾਵੋ। ਖੰਘਣ ਅਤੇ ਨਿਛਣ ਵੇਲੇ ਤੁਹਾਨੂੰ ਆਪਣਾ ਨੱਕ ਅਤੇ ਮੂੰਹ टिशू ਨਾਲ ਟਕਣਾ ਚਾਹੀਦਾ ਹੈ ਅਤੇ ਇਸਤੇਮਾਲ ਤੋਂ ਬਾਅਦ ਟਿਸ਼ੂ ਨੂੰ ਫੌਰਨ ਕੂੜੇਦਾਨ ਵਿੱਚ ਸੁੱਟ ਦਿਓ ਟਿਸ਼ੂ ਨੂੰ ਸੁੱਟਣ ਤੋਂ ਬਾਅਦ ਆਪਣੇ ਹੱਥਾਂ ਨੂੰ ਦੁਬਾਰਾ ਧੋਵੋ ਜਾਂ ਦੇਕਰ ਤੁਸੀਂ ਸਿੰਕ ਵਿੱਚ ਹੱਥ ਨਹੀਂ ਧੋਪ ਆ ਰਹੇ ਹੋ ਤੁਸੀਂ ਐਂਟੀਬੈਕਟੀਰੀਅਲ ਹੱਥ ਧੋਣ ਦੇ ਜੈਲ ਦਾ ਇਸਤੇਮਾਲ ਕਰੋ ਸੰਦੇਸ਼ ਆਸਾਨ ਹੈ ਇਸ ਨੂੰ ਫੜੋ ਇਸ ਨੂੰ ਸੁੱਟੋ ਇਸ ਨੂੰ ਮਾਰੋ ਸਵੈਨ ਫਲੂ ਦੇ ਲੱਛਣ ਕੀ ਕਰਿਆ ਜਦਾਦਾਰ ਲੋਕੇ ਜਿਨ੍ਹਾਂ ਨੂੰ ਸਵਾਇਨ ਫਲੂ ਹੋ ਚੁੱਕਾ ਹੈ ਉਹਨਾਂ ਨੇ ਹਲਕੇ ਤੇ ਤੇਜ਼ ਬੁਖਾਰ ਜਾਂ ਫਲੂ ਵਰਗੇ ਲੱਛਣਾਂ ਬਾਰੇ ਦੱਸਿਆ ਹੈ ਸਵਾਇਨ ਫਲੂ ਦੇ ਲੱਛਣ ਹਨ ਇੱਕਦਮ ਬੁਖਾਰ ਹੋ ਜਾਣਾ ਜੋ ਕਿ 38 ਡਿਗਰੀ ਤੋਂ ਉੱਪਰ ਜਿਸਮ ਦਾ ਤਾਪਮਾਨ ਹੈ ਨਾਲ ਹੀ ਇਹਨਾਂ ਵਿੱਚੋਂ ਕਿਸੇ ਦੋ ਦਾ ਹੋਣਾ ਖੰਗ ਜਾਂ ਸਾਹ ਦਾ ਘਟਣਾ ਸਿਰ ਦਰਦ ਗਲਾ ਦੁਖਣਾ ਆਸਾਧਾਰਨ ਥਕਾਵਟ ਮਾਸਪੇਸ਼ੀਆਂ ਦਾ ਦੁਖਣਾ ਉਲਟੀਆਂ ਵਗਦਾ ਨੱਕ ਭੁਖਣਾ ਲੱਗਣਾ ਦਸਤ ਲੱਗਣਾ ਪਰ ਸਿਰਫ ਇੰਤਜ਼ਾਰ ਨਾ ਕਰੋ ਇਹਨਾਂ ਲੱਛਣਾਂ ਦੇ ਆਣ ਦਾ ਤਿਆਰ ਰਹੋ ਟਿਸ਼ੂ ਪੈਰਾਸੀਟਾਮੋਲ ਅਤੇ ਥਰਮਾਮੀਟਰ ਵਰਗੀਆਂ ਚੀਜ਼ਾਂ ਨੂੰ ਸਟਾਕ ਵਿੱਚ ਰੱਖੋ ਜੇਕਰ ਤੁਸੀਂ ਜਾ ਤੁਹਾਡੇ ਪਰਿਵਾਰ ਦੇ ਸਦਸ ਦੋਸਤ ਜਾਂ ਗਵਾਂਢੀ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਹਨ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਸਵੈਨ ਫਲੂ ਹੈ ਘਰ ਵਿੱਚ ਰਹੋ ਅਤੇ ਆਰਾਮ ਕਰੋ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਵਾਧੂ ਪਾਣੀ ਪੀਵੋ ਜੇਕਰ ਤੁਹਾਨੂੰ ਬੁਖਾਰ ਹੈ ਤਾਂ ਤੁਸੀਂ ਬਹੁਤੇ ਕੱਪੜੇ ਜਾਂ ਕੰਬਲ ਨਾ ਪਾਓ ਦਰ ਤੋਂ छुटकारे ਲਈ ਤੁਸੀਂ ਪੈਰਾਸੀਟਾਮੋਲ ਜਾਂ ਇਬੂਪਰੋਫੈਨ ਲੈ ਸਕਦੇ ਹੋ ਐਸ ਨੂੰ ਨਿਸ਼ਚਿਤ ਕਰੋ ਕਿ ਤੁਸੀਂ ਪੈਕ ਤੇ ਲਿਖੀਆਂ ਹਦਾਇਤਾਂ ਤੇ ਅਮਲ ਕਰੋ ਜੇਕਰ ਤੁਸੀਂ ਗਰਭਵਤੀ ਹੋ ਤਾਂ ਪੈਰਾਸੀਟਾਮੋਲ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਹਾਲ ਹੀ ਵਿੱਚ ਸੁਰੱਖਿਅਤ ਥਾਂ ਜਾਂ ਇਸ ਆਲਮ ਦਾ ਦਾਅਵਾ ਕੀਤਾ ਹੈ ਅਤੇ ਤੁਸੀਂ ਯੂਨਾਈਟਿਡ ਕਿੰਗਡਮ ਬਾਰਡਰ ਏਜੰਸੀ ਦੀ ਸ਼ੁਰੂਆਤੀ ਰਿਹਾਇਸ਼ ਵਿੱਚ ਰਹਿ ਰਹੇ ਹੋ ਤੁਹਾਨੂੰ ਸਿਹਤ ਦਲ ਜਾਂ ਸਹਾਇਕ ਦਲ ਨੂੰ ਦੱਸਣਾ ਚਾਹੀਦਾ ਹੈ ਜੇਕਰ ਤੁਸੀਂ ਬਿਮਾਰ ਹੋ ਤਾਂ ਕਿ ਉਹ ਤੁਹਾਡੀ ਮਦਦ ਕਰ ਸਕਣ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਸ਼ਾਇਦ ਸਵਾਇਨ ਫਲੂ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਹੋਰ ਕੀ ਤੁਹਾਡੀ ਸਿਹਤ ਤੇ ਅਸਰ ਕਰ ਸਕਦਾ ਹੈ ਉਦਾਹਰਨ ਦੇ ਤੌਰ ਤੇ ਕਿ ਤੁਹਾਨੂੰ ਹੋਰ ਕੋਈ ਗੰਭੀਰ ਬਿਮਾਰੀ ਹੈ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਲਈ ਦਵਾਈ ਲੈਂਦੇ ਹੋ ਕਿ ਤੁਸੀਂ ਗਰਭਵਤੀ ਹੋ ਕਿ ਤੁਹਾ ਜੋ ਬਿਮਾਰ ਹੈ ਉਹ ਇੱਕ ਬੱਚਾ ਹੈ ਜੋ ਕਿ 1 ਸਾਲ ਤੋਂ ਘੱਟ ਹੈ कि ਤੁਹਾਡੀ ਹਾਲਤ ਅਚਾਨਕ ਵਿਗੜ ਗਈ ਹੈ ਕਿ ਤੁਹਾਡੀ ਹਾਲਤ ਕਈ ਦਿਨਾਂ ਬਾਅਦ ਵੀ ਵਿਗੜਦੀ ਜਾ ਰਹੀ ਹੈ ਜੇਕਰ ਤੁਸੀਂ ਇਹਨਾਂ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਦਾ ਜਵਾਬ ਹਾਂ ਵਿੱਚ ਦੇ ਸਕਦੇ ਹੋ ਤਾਂ ਆਪਣੇ ਸਥਾਨਕ ਡਾਕਟਰ ਨੂੰ ਸਿੱਧੇ ਫੋਨ ਕਰੋ ਤੁਹਾਡੇ ਸਥਾਨਕ ਡਾਕਟਰ ਨੂੰ ਜਨਰਲ ਪ੍ਰੈਕਟੀਸ਼ਨਰ ਜਾਂ ਜੀਪੀ ਕਿਹਾ ਜਾਂਦਾ ਹੈ ਤੁਹਾਨੂੰ ਆਪਣੇ ਹਲਕੇ ਦੇ ਜੀਪੀ ਨਾਲ ਪੰਜਿਕ੍ਰਿਤ ਜਾਂ ਰਜਿਸਟਰ ਕਰਨਾ ਚਾਹੀਦਾ ਹੈ ਜੇਕਰ ਹੁਣ ਤੱਕ ਤੁਸੀਂ ਨਹੀਂ ਕੀਤਾ ਹੈ ਤਾਂ ਕਿ ਤੁਹਾਨੂੰ ਲੌਂਡ ਪੈਂਟ ਤੇ ਸਿਹਤ ਦੀ ਦੇਖਭਾਲ ਦੀ ਸੇਵਾ ਮਿਲ ਸਕੇ ਜੇਕਰ ਤੁਸੀਂ ਸੁਰੱਖਿਅਤ ਥਾਂ ਜਾਂ ਅਸਾਈਲਮ ਲਈ ਹੋਈ ਹੈ ਅਤੇ ਜੀਪੀ ਨਾਲ ਪंजीकृत ਨਹੀਂ ਹੋ ਤੇ ਉਹ ਸਹਾਇਕ ਕਰਮਚਾਰੀ ਜਿਸ ਨੇ ਤੁਹਾਨੂੰ ਤੁਹਾਡੀ ਰਿਆਇਸ਼ ਵਿੱਚ ਆਉਣ ਵਿੱਚ ਮਦਦ ਕੀਤੀ ਸੀ ਤੁਹਾਨੂੰ ਤੁਹਾਡੇ ਸਥਾਨਕ ਜੀਪੀ ਦੇ ਬਾਰੇ ਜਾਣਕਾਰੀ ਦੇ ਸਕਦਾ ਹੈ ਜੇਕਰ ਤੁਹਾਨੂੰ ਜੀਪੀ ਨਾਲ ਪंजीकरण ਵਿੱਚ ਦਿੱਕਤ ਹੈ ਤੇ ਤੁਸੀਂ ਆਪਣੇ ਸਥਾਨਕ ਪ੍ਰਾਇਮਰੀ ਕੇਅਰ ٹرسٹ ਦੀ ਪੇਸ਼ੈਂਟ ਐਡਵਾਈਸ ਲੀਜਨ ਸਰਵਿਸ ਨੂੰ ਮਦਦ ਅਤੇ ਸਲਾਹ ਲਈ ਪੁੱਛ ਸਕਦੇ ਹੋ ਜੀਪੀ ਅਤੇ ਪ੍ਰਾਇਮਰੀ ਕੇਅਰ ٹرسٹ ਫੋਨ ਦੀ ਕਿਤਾਬ ਵਿੱਚ ਪਬਲਿਕ ਲਾਇਬ੍ਰੇਰੀ ਵਿੱਚ ਅਤੇ ਐਨ ਐਚ ਐਸ ਚੋਇਸਿਸ ਦੀ ਵੈਬਸਾਈਟ www.nhs.uk ਵਿੱਚ ਵੀ ਦਰਜ ਹਨ ਟੀਕੇ ਜਿਨ੍ਹਾਂ ਲੋਕਾਂ ਨੂੰ ਸਵਾਇਨ ਫਲੂ ਤੋਂ ਦਿੱਕਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੈ ਉਹਨਾਂ ਨੂੰ ਸਵਾਇਨ ਫਲੂ ਦੇ ਟੀਕੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ ਇਹ ਹਨ 6 ਮਹੀਨੇ ਤੋਂ ਲੈ ਕੇ 65 ਸਾਲ ਤੱਕ ਦੇ ਲੋਕੀ ਜਿਨ੍ਹਾਂ ਨੂੰ ਸਿਹਤ ਸੰਬੰਧੀ ਦਿੱਕਤਾਂ ਹਨ ਜਿਵੇਂ ਕਿ ਫੇਫੜੇ ਦੀਆਂ ਦਿੱਕਤਾਂ ਗੁਰਦੇ ਜਾਂ ਦਿਲ ਦੀ ਬਿਮਾਰੀ ਗਰਭਵਤੀ ਔਰਤਾਂ ਉਹ ਲੋਕੀ ਜੋ ਕਿ ਕਟ प्रतिरोधक दिखਤਾਂ ਵਾਲੇ ਲੋਕਾਨਾਲ ਇਕੋਕਾਰ ਵਿੱਚ ਰਹਿੰਦੇ ਹਨ 65 ਸਾਲ ਤੋਂ ਵੱਧ ਉਮਰ ਦੇ ਲੋਕੀ ਜੋ ਕਿ ਇਸ ਮੌਸਮੀ ਫਲੂ ਦੇ ਖਤਰਿਆਂ ਦੇ ਅਧੀਨ ਆਉਂਦੇ ਹਨ ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਸਮੂਹ ਵਿੱਚ ਹੋ ਤਾਂ ਤੁਹਾਨੂੰ ਸਵੈਨ ਫਲੂ ਦਾ ਖਤਰਾ ਸਭ ਤੋਂ ਵੱਧ ਹੈ ਅਤੇ ਤੁਹਾਨੂੰ ਸਵੈਨ ਫਲੂ ਦਾ ਟੀਕਾ ਬਾਕੀ ਲੋਕਾਂ ਨਾਲੋਂ ਪਹਿਲੇ ਲਗਵਾ ਲੈਣਾ ਚਾਹੀਦਾ ਹੈ ਤੁਹਾਡਾ ਜੀਪੀ ਤੁਹਾਨੂੰ ਸੰਪਰਕ ਕਰੇਗਾ ਅਤੇ ਤੁਹਾਨੂੰ ਦੱਸੇਗਾ ਕਿ ਤੁਸੀਂ ਆਪਣਾ ਟੀਕਾ ਕਿਵੇਂ ਲੈ ਸਕਦੇ ਹੋ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਇਹਨਾਂ ਸੰਦੇਸ਼ਾਂ ਨੂੰ ਯਾਦ ਰੱਖਣ ਕਿਉਂਕਿ ਅਸੀਂ ਯੂਕੇ ਵਿੱਚ ਸਵਾਇਨ ਫਲੂ ਦੀ ਦੂਜੀ ਲਹਿਰ ਵੱਧ ਰਹੇ ਹਨ ਜੇਕਰ ਤੁਹਾਡੇ ਕੋਲ ਕੋਈ ਸਵਾਲ ਹਨ ਤੁਸੀਂ ਹੋਰ ਜਾਣਕਾਰੀ ਇਹਨਾਂ ਵੈੱਬਸਾਈਟਾਂ ਤੋਂ ਲੈ ਸਕਦੇ ਹੋ www.direct.gov.uk NHS ਚੋਇਸਿਸ ਵੈੱਬਸਾਈਟ www.nhs.uk लोकानलय नियमित जानकारी देंदी रहेगी सेहत विभाग की वेबसाइट www.dh.gov.uk सेहत बचाव संस्था की वेबसाइट www.hpa.org.uk एक बार फिर याद रखो कि यह जरूरी है कि तुसी ਸਥਾਨਕ ਜੀਪੀ ਨਾਲ ਪंजीकृत ਹੋ ਜੇਕਰ ਤੁਹਾਨੂੰ ਜੀਪੀ ਨਾਲ ਪंजीकृत ਕਰਨ ਵਿੱਚ ਦਿੱਕਤ ਹੈ ਤੁਸੀਂ ਆਪਣੇ ਸਥਾਨਕ ਪ੍ਰਾਇਮਰੀ ਕੇਅਰ ਟਰਸਟ ਦੀ ਪੇਸ਼ੈਂਟ ਐਡਵਾਈਸ ਲੀਜਨ ਸਰਵਿਸ ਨੂੰ ਮਦਦ ਅਤੇ ਸਲਾਹ ਲਈ ਸੰਪਰਕ ਕਰ ਸਕਦੇ ਹੋ ਜੀਪੀ ਅਤੇ ਪ੍ਰਾਇਮਰੀ ਕੇਅਰ ਟਰਸਟ ਫੋਨ ਦੀ ਕਿਤਾਬ ਵਿੱਚ ਪਬਲਿਕ ਲਾਇਬ੍ਰੇਰੀ ਵਿੱਚ ਅਤੇ ਐਨ ਐਚ ਐਸ ਚੋਇਸਿਸ ਦੀ ਵੈੱਬਸਾਈਟ www.nhs.uk ਵਿਚ ਦਰਜ ਹਨ ਜੇਕਰ ਤੁਸੀਂ ਸ਼ਰਨਾਰਸੀ ਦਾ ਦਰਜਾ ਲਏ ਹੋਏ ਹੋ ਅਤੇ ਜੀਪੀ ਨਾਲ ਪंजीकृत ਨਹੀਂ ਹੋ ਤਾਂ ਸਹਾਇਕ ਕਰਮਚਾਰੀ ਜਿਸ ਨੇ ਤੁਹਾਨੂੰ ਤੁਹਾਡੀ ਰਿਆਇਸ਼ ਵਿੱਚ ਆਉਣ ਵਿੱਚ ਮਦਦ ਕੀਤੀ ਸੀ ਤੁਹਾਨੂੰ ਤੁਹਾਡੇ ਸਥਾਨਕ ਜੀਪੀ ਦੇ ਬਾਰੇ ਜਾਣਕਾਰੀ ਦੇ ਸਕਦਾ ਹੈ ਆਪਣੇ ਕੀਮਤੀ ਸਮਾਂ ਕੱਢਣ ਅਤੇ ਇਹਨਾਂ ਸੰਦੇਸ਼ਾਂ ਨੂੰ ਸੁਣਨ ਲਈ ਤੁਹਾਡਾ ਬਹੁਤ ਧੰਨਵਾਦ